ਕਿੱਡੀ ਗੰਦੀ ਟੈਂਕੀ। ਅਸਲਾਮ ਵਾਲੇਕੁਮ ਦੋਸਤੋ, ਅੱਜ ਮੈਂ ਤੇ ਬੱਗਾ ਕਰਨ ਲੱਗਿਆ ਘਰ ਦੀ ਟੈਂਕੀ ਸਾਫ। ਇਹ ਲੱਗੀ ਹੋਈ ਜੇ ਟੈਂਕੀ, ਇਹ ਜੇ ਬੱਗਾ, ਇਹ ਸਾਡੀ ਲੇਲੀ। ਅਤੇ ਚਲੋ ਟੈਂਕੀ ਸਾਫ ਕਰਨੀ ਆ, ਤੁਹਾਨੂੰ ਦੱਸਾਂਗੇ ਟੈਂਕੀ ਕਿਸ ਤਰ੍ਹਾਂ ਸਾਫ ਹੋਣੀ ਹੈ। ਅਤੇ ਚਲੋ ਕਰੀਏ ਟੈਂਕੀ ਸਾਫ। ਲਓ ਜੀ, ਆ ਬੱਗਾ ਜਾ ਰਿਹਾ ਉੱਤੇ ਟੈਂਕੀ ਸਾਫ ਕਰਨ ਵਾਸਤੇ, ਟੈਂਕੀ ਖੋਲ੍ਹਣ। ਇਹ ਪਹੁੰਚ ਗਿਆ ਉੱਤੇ, ਇਹ ਰੈਂਚ ਫੜ ਲੈ, ਲੈ ਐ ਫੜ। ਓ ਆਈ ਪੈਣਾ ਨਹੀਂ ਲੈ ਬੰਦੇ ਨੂੰ ਕਦੇ ਵੀ। ਹਾਂ ਕੀ ਪੈਣਾ, ਇੰਜੀ ਖੁੱਲ ਜਾਣਾ। ਲਓ ਜੀ, ਕਾਰੀਗਰ ਬੰਦਾ ਹੈਗਾ ਵੇ, ਇਹਨੂੰ ਜਾਂਚ ਹੈਗੀ ਕਾਫੀ, ਖੁੱਲ ਗਿਆ ਇੰਜੀ। ਹੋਰ ਟੂਟੀਆਂ ਵਗੈਰਾ ਟੈਂਕੀਆਂ ਖੁਲਵਾਉਣੀਆਂ ਹੋਣ ਮੇਰੇ ਨਾਲ, ਤੁਸੀਂ ਰਾਬਤਾ ਕਰਨਾ, ਬੱਗਾ ਤੁਹਾਡੇ ਘਰ ਆ ਜਾਇਆ ਕਰੇਗਾ। ਦੇਖੋ ਖੁੱਲ ਗਈ, ਇਹ ਪਾਣੀ ਵੀ ਆਉਣ ਲੱਗ ਪਿਆ ਜੇ, ਉੱਤੋਂ ਵੀ ਹੁਣ ਖੋਲੇਗਾ। ਹਾਂ ਆਈ ਮੀਨ ਉੱਤੇ ਹੀ ਰੱਖ ਦੇ ਇਹਨੂੰ, ਕਾਲੀ ਹੈ ਵਿੱਚੋਂ ਪਾਣੀ, ਤਾਂ ਅਸੀਂ ਪੀਂਦੇ ਹੀ ਕੋਈ ਨਹੀਂ ਆ। ਇਸਤੇਮਾਲ ਕਰੀ ਤਾਂ ਜਦੋਂ ਕਦੀ ਤੂੰ ਮੰਗਣਾ ਤੈਨੂੰ ਲਿਆ ਕੇ ਦੇਈਦਾ ਇਹਦੇ ਵਿੱਚੋਂ, ਜਾਂ ਜਦੋਂ ਕੋਈ ਨਿਸ਼ਾਨ ਆਇਆ। ਉਹ ਕਿਆ ਦੇਖ ਰਹੇ ਹੋ ਜੇ ਬਾਈ? ਦੇਖੋ ਟੈਂਕੀ ਸਾਫ਼ ਕਰਨੇ ਆ, ਆਪਣੇ ਕਰਵਾਉਣੀ ਹੋਏ ਨਾ ਬਾਈ, ਸਰਾਬਤਾ ਕਰਨਾ। ਹਾਂ ਉੱਤੇ ਆਵਾਂ, ਟੈਂਕੀ ਖੋਲਣ। ਜਿਸ ਚੀਜ਼ ਦੀ ਤੈਨੂੰ ਸਮਝ ਨਾ ਆਏ ਮੇਰੇ ਕੋਲ ਪੁੱਛ ਲਈ, ਮੈਂ ਇੱਥੇ ਹੀ ਹਾਂ। ਤੇਰਾ ਸੁਪਰਵਾਈਜ਼ਰ ਤੇਰੇ ਸਿਰ 'ਤੇ ਖਲੋਤਾ ਆਏ। ਲੋ ਇਹ ਟੈਂਕੀ ਇਹਨੇ ਬੰਦ ਕਰਤੀ ਹੈ, ਅਤੇ ਆਹ ਪਾਣੀ ਵੇਖੋ ਥੋੜ੍ਹਾ ਥੋੜ੍ਹਾ ਆ ਰਿਹਾ। ਕੀ ਕਰ ਰਿਹਾ ਹੁਣ? ਹੈਂ ਪਾਣੀ ਕੱਢਣ ਦੇ। ਕਿਹੜਾ? ਅਤੇ ਯਾਰ ਤੂੰ ਇਹ ਨਾਲ ਲਾ, ਹਾਂ ਭਰਾ ਟੱਪ ਭਰ ਜਾਵੇ। ਓਏ ਇਹ ਸਹੀ ਲੱਗ ਰਿਹਾ ਨਾ ਤੁਹਾਨੂੰ? ਪਲੰਬਰ ਦਾ ਕੰਮ ਕਰਦਾ, ਕਾਰੀਗਰ ਬੰਦਾ ਹੈਗਾ। ਕੀ ਭਾਈ ਠੀਕ ਕਰਦੇ ਹੋ, ਤਾਰਫ ਦਿਓ ਆਪਣਾ। ਕੀ ਹੁੰਦਾ? ਉੱਚੀ ਆਵਾਜ਼ 'ਚ ਬੋਲ, ਇੱਥੇ ਨਹੀਂ ਆਵਾਜ਼ ਆ ਰਹੀ ਹੁੰਦੀ। ਥੱਲੇ ਆ ਕੇ ਚਲੋ ਮੈਂ ਤੁਹਾਨੂੰ ਇਹਦਾ ਤਾਰਫ ਦਵਾਉਣਾ ਵਾ ਕੀ ਕਹਿੰਦਾ। ਹੁਣ ਮੈਂ ਚੱਲਾਂ ਵਾ ਉੱਤੇ। ਹੈਲੋ, ਬੱਗੇ ਕੋਲ ਮੈਂ ਆ ਗਿਆ ਜੀ। ਇਹ ਟਾਂਕੀ ਹੈ, ਕਿੱਡੀ ਗੰਦੀ ਟੈਂਕੀ, ਕਿੱਡਾ ਗੰਦਾ ਪਾਣੀ ਇਸਤੇਮਾਲ ਕਰਦੇ ਯਾਰ। ਅੱਧੀ ਇਹ ਜਦੋਂ ਬੱਗਾ ਆਉਂਦਾ ਨਾ ਸਾਡੇ ਘਰ ਨੂੰ ਪਾਣੀ ਪਿਆਉਣ ਵਾਸਤੇ, ਇਹਦੇ ਵਿੱਚੋਂ ਕੱਢੀ ਦਾ ਪਾਣੀ। ਸਾਲੇ ਕੋ ਬੰਮ ਸੇ ਉੜਾ ਦੂੰਗਾ ਇਹ। ਸਪੈਸ਼ਲ ਉੱਤੋਂ ਆ ਕੇ ਢੱਕਣ ਖੋਲ੍ਹ ਕੇ ਬਾਲਟੀ ਪਾ ਕੇ ਕੱਢੀ ਦਾ। ਇਹ ਹੁਣ ਕਾਰੀਗਰ ਆਏ ਹੋਏ ਹਾਂ ਅਸੀਂ ਦੋ, ਅਤੇ ਇਹ ਹੁਣ ਲੱਗੀ ਇਹਦੀ ਸਫਾਈ। ਇਹਨੂੰ ਖੋਲ੍ਹਿਆ ਨਹੀਂ, ਬੰਦ ਕਰਤਾ ਦੁਬਾਰਾ, ਟੋਪਿਕਾ ਪਾਓ ਭਰਨ ਦੇ ਪਾਣੀ। ਪਾਣੀ ਕਿੰਨਾ ਕੁ ਅੰਦਰ? ਪਾਣੀ ਹੈ ਤੇ ਪਰ ਨਿਕਲ ਬੜਾ ਥੋੜ੍ਹਾ ਥੋੜ੍ਹਾ ਰਿਹਾ। ਤੂੰ ਵਾਲ ਨਹੀਂ, ਵਾਲ ਨੂੰ ਕੀ ਕੀਤਾ ਜੀ? ਰਹਿਣ ਦੇ ਫਿਰ ਉਂਜੀ ਕੱਢੀ ਗਿਆ ਬੜਾ ਵੱਡਾ ਵਾਲਾ। ਲਾ ਇਹਨੂੰ ਥੱਲੇ ਇੰਜੀ, ਕਿਹਨੂੰ ਇੰਜੀ ਚੁੱਕ ਕੇ ਲਾ ਲੈਂਦੇ ਹਾਂ, ਪੈਪ ਲੱਗਾ ਰਹਿਣ ਦਿੰਦੇ ਹਾਂ। ਲੱਗੇ ਜਾਣੇ ਪੈਪ ਹੀ ਲਾਣਾ, ਲਾਣੇ ਕਿਉਂ ਨਾ, ਕਿਹੜਾ ਨਾ ਪੈਪ ਹੈ, ਇਹ ਕਿਵੇਂ ਲਾਣੇ, ਜੋੜ ਲੱਗੇ ਨੇ ਆ ਪਣਾ ਕਰ ਲਿਆ ਥੋੜ੍ਹੀ ਦਿਨ। ਟੈਂਕੀ ਤਾਂ ਭਾਰੀ ਹੋ ਗਈ ਹੋਣੀ ਬੜੀ, ਪਾਣੀ ਤਾਂ ਭਾਰੀ ਹੋਣੀ ਵਿੱਚ।
ਚੱਲ ਹੁਣ ਟੈਂਕੀ ਚੁੱਕਨੇ ਆ ਤੁਹਾਨੂੰ ਵੀ ਲੋਕ ਬਣਾ ਕੇ ਟੈਂਕੀ ਪਹਿਲਾਂ ਚੁੱਕੀ ਨਹੀਂ ਜਾਣੀ ਹੈ। ਹਾਂ ਇੰਝ ਪਾਣੀ ਨਿਕਲਣਾ ਫੇਰ ਚੁੱਕੀ ਜਾਣੀ ਹੈ। ਉਹ ਹੀ ਪਾਣੀ ਰੋੜ ਲਈਏ ਨਾ ਪਹਿਲਾਂ ਸਾਰਾ ਡੂੰਗਾ ਛੂੰਗਾ ਨਹੀਂ ਡੂੰਗਾ ਫਾੜ ਡੂੰਗਾ ਕੀ ਕਰਨਾ ਪਾਣੀ ਸਾਰਾ ਉਧਰੋਂ ਹੀ ਜਾ ਰਿਹਾ। ਮਾਮਾ ਇਹ ਅੱਜ ਤੁਸੀਂ ਕਰੋ ਇਹ ਡੱਬਾ ਲੈ ਇਹ ਟਾਪੜੋ ਟਾਪੋ ਦੂਸਰੀ ਸਾਈਡ ਦੇ ਥੱਲੇ ਲਾ ਦਿਓ ਜਿੱਥੋਂ ਪਾਣੀ ਆਉਣਾ ਬਾਹਰ ਡੂੰਗਾ ਫਾੜ ਸ਼ਾਮ ਪਰ ਡੂੰਗੇ ਨਾਲ ਨਾਲ ਕੱਢੀ ਜੇ ਵਿੱਚੋਂ ਪਾਣੀ ਹੌਲੀ ਹੋ ਜਾਏਗੀ ਨਾ ਸਮੁੱਦੀ ਕਰ ਡੂੰਗੇ ਨਾਲ ਕਿਵੇਂ ਕੱਢਣਾ ਅੰਦਰ ਕਿੰਨੇ ਵੜਨਾ ਹੱਥ ਨਾ ਕੱਢਣਾ ਕੀ ਹੱਥ ਨਿੱਕੇ ਨਿੱਕੇ ਸਾਡੇ ਨਹੀਂ ਜਾ ਰਹੇ ਯਾਰ ਹੱਥ ਕਿਉਂ ਸੁੱਕਾ ਜਾ ਰਿਹਾ ਹੱਥ ਵੇ ਉਹ ਵੇ ਕਿੰਨਾ ਨਹੀਂ ਜਾਏਗਾ ਆ ਫੋਨ ਨਾ ਵੇ ਤੇਰਾ ਡਿੱਗ ਪਵੇ ਬਣਾ ਲੱਖ ਰੁਪਏ ਲੋ ਜੀ ਇਹ ਟੈਂਕੀ ਆ ਗਈ ਹੈ ਥੱਲੇ ਇਹ ਦੁਪੱਟਾ ਵਲੇਟਣ ਲੱਗਾ ਬੱਗਾ ਆ ਫਾੜ ਇਹ ਵੇਖੋ ਮੱਥਾ ਆ ਸਿਰ ਨਹੀਂ ਬੰਨਣਾ ਆਪਣਾ ਮੂੰਹ ਬੰਨਣਾ ਹੀ ਦੱਸ ਨਾ ਕਿੰਨੀ ਸਿਰ ਕਿਉਂ ਬੰਨਣਾ ਨਹੀਂ ਇਹ ਵੇਖੋ ਟੈਂਕੀ ਅਸੀਂ ਉੱਤੋਂ ਦੀ ਲੈ ਆਏ ਹਾਂ ਥੱਲੇ ਸਾਰੀ ਖਾਲੀ ਹੋ ਗਈ ਹੈ ਹਾਂ ਇਹ ਬੰਨ ਲੈ ਲਾ ਲਾ ਇਹ ਜਿਹੜੀ ਹੈ ਤਰਪਾਲ ਇਹਨੇ ਡਬਲ ਕਰਨਾ ਫੜ ਦੇ ਲੈਣੀ ਆਹ ਵੇਖੋ ਕਿੰਨਾ ਗੰਦੇ ਆ ਯਾਰ ਉਹਨਾਂ ਨੇ ਲੈਣਾ ਹੁੰਦਾ ਗੰਦਾ ਨਹੀਂ ਕਰਨਾ ਮੈਂ ਕਿਹੜੇ ਵਿੱਚ ਮੰਨ ਲੱਗਾ ਚੱਲ ਆ ਦੋਵੇਂ ਤਣਾ ਫੜ ਤੇ ਫਿਰ ਵਲੌਗ ਕਿਵੇਂ ਬਣੇਗਾ ਰੁਕ ਯਾਰ ਆ ਡੋਟਾ ਸ਼ਮਨਾ ਸੈਂਡ ਵਿੱਚ ਸੈਂਡ ਮੰਗਾਉਂਦਾ ਮੈਂ ਕੋਈ ਹੋਰ ਮੰਗਵਾ ਲਾ ਜਾਲੀਆ ਲੈ ਇਹਨੇ ਜਵਾਬ ਖਲਾਸ ਹੋ ਗਈ ਨਾ ਕੋਈ ਹੋਰ ਦੁਪੱਟੇ ਦੋ ਲੈ ਆਵੋ ਥੱਲੋਂ ਦੋ ਜਾਲੀ ਵਾਲੇ ਨਹੀਂ ਦੂਸਰੇ ਤੇ ਭਾਈ ਹੁਣ ਤਾਰਫ ਦੇ ਨਾ ਥੋੜਾ ਜਿਹਾ ਤਾਰਫ ਕੀ ਬੈਣਾ ਦੋਸਤ ਤਾਂ ਤੇਰਾ ਅੱਲਾ ਬੰਦਾ ਟੈਂਕੀ ਨਹੀਂ ਟੈਂਕੀ ਤਾਰਫ ਤੇ ਨਾਲ ਹੀ ਰਹਿਣਾ ਮੈਂ ਨਹੀਂ ਇਹ ਦੱਸ ਨਾ ਕਿ ਟੈਂਕੀ ਲਾਂਦੇ ਕੋਈ ਮੁਸ਼ਕਲ ਹੋਈ ਕਿ ਨਹੀਂ ਇਹ ਭਾਈ ਨੂੰ ਹਾਲਾਂਕਿ ਮੈਂ ਉਹ ਲੈ ਕੇ ਵੀ ਆਇਆ ਵਾਂ ਕੀ ਲੈ ਕੇ ਆਇਆ ਸੀ ਰੈਂਚ ਲੈ ਕੇ ਆਇਆ ਉਹ ਮੈਂ ਕਿਹਾ ਚਲੋ ਮੈਂ ਇੱਥੇ ਲਾਉਣਾ ਵਾਂ ਤੇ ਇਹ ਕਾਰੀਗਰ ਆਇਆ ਇਹਨੇ ਹੱਥ ਨਾਲ ਹੀ ਖੋਲ ਇੰਨਾ ਬੰਦਾ ਇੰਨਾ ਕਾਰੀਗਰ ਇਹਦੇ ਵਿੱਚ ਹੁਣ ਪੈਣਾ ਤੇਜ਼ਾਬ ਤੇਜ਼ਾਬ ਪਾਉਣਾ ਇਹਨੇ ਤੇ ਮੈਂ ਸਿਰਫ ਵਲੌਗ ਬਣਾਉਣਾ ਤੇ ਤੁਹਾਨੂੰ ਦੱਸਣਾ ਕੀ ਹੋ ਰਿਹਾ ਕੀ ਨਹੀਂ ਤੇ ਹੁਣ ਇਹ ਆ ਰਿਹਾ ਥੱਲੋਂ ਨਹੀਂ ਤੇ ਤੁਸੀਂ ਮੇਰੇ ਲੇਲੀ ਨੂੰ ਵੇਖ ਲਵੋ ਕਹਿੰਦਾ ਚਕਨਾਈ ਥਿੰਦਾ ਨਿਕਲਣਾ ਜਿਹੜਾ ਦੇਸੀ ਘਿਓ ਨਹੀਂ ਵਿੱਚ ਤੁਸੀਂ ਰੋੜਦੇ ਉਹ ਚਕਨਾਈ ਕੱਢਣੀ ਇਹਦੇ ਵਿੱਚੋਂ ਇਹ ਵੇਖੋ ਮਿਸਤਰੀਆਂ ਵਾਲੇ ਜਸਤਾਨੇ ਪਾ ਰਿਹਾ ਜਰਾਬਾਂ ਵੀ ਲੈ ਦਾਂ ਜਰਾਬਾਂ ਵੀ ਲੀਲਾ ਵੇ ਜਾਣਾ ਨਹੀਂ ਇਹ ਤੇਜ਼ਾਬ ਏ ਹੁਣ ਤੁਹਾਨੂੰ ਦੱਸਾਂਗੇ ਟੈਂਕੀ ਪ੍ਰੋਪਰ ਕਿਸ ਤਰ੍ਹਾਂ ਸਾਫ਼ ਹੁੰਦੀ ਹੈ ਕਿੰਨੇ ਲੀਟਰ ਦੀ ਹੈ 600 ਦੀ ਤਾਂ ਨਹੀਂ ਹੈ ਕਿੰਨੇ ਲੀਟਰ ਦੀ 800 ਏ 800 ਲੀਟਰ ਦੀ ਟੈਂਕੀ ਹੈ ਇਹ ਹੁਣ ਤੁਹਾਨੂੰ ਅਸੀਂ ਦੱਸਦੇ ਹਾਂ ਕਿ ਪ੍ਰੋਪਰ ਟੈਂਕੀ ਕਿਸ ਤਰ੍ਹਾਂ ਸਾਫ਼ ਹੁੰਦੀ ਹੈ ਅਗਰ ਤੁਹਾਡੇ ਘਰ ਦੀ ਟੈਂਕੀ ਗੰਦੀ ਹੋਏ ਇਸ ਤਰੀਕੇ ਦੀ ਕਾਲੀ ਹੋਏ ਤੇ ਤੁਸੀਂ ਆਪ ਸਾਫ਼ ਕਰ ਸਕਦੇ ਹੋ ਇਹ ਤਰੀਕਾ ਤੁਹਾਨੂੰ ਅਸੀਂ ਦੱਸਦੇ ਹਾਂ ਜਾਲੀ ਕਹਿ ਰਿਹਾ ਵਾਂ ਟੈਂਕੀ ਸਾਫ਼ ਕਰਨ ਤੋਂ ਪਹਿਲੇ ਸਭ ਤੋਂ ਪਹਿਲੇ ਇਸ ਤਰ੍ਹਾਂ ਆਪਣਾ ਮੂੰਹ ਬੰਨਣਾ ਸਿਰ ਬੰਨਣ ਨਿਆ ਮੂੰਹ ਤੇ ਵਲੇਟ ਹਾਂ ਤੇ ਮੈਂ ਨਾ ਵਲੇਟਾਂ ਤੂੰ ਅੱਗੇ ਹੋਣਾ ਤੂੰ ਭੇੜ ਲਾ ਲਾ ਬੰਦੇ ਸਾਹ ਚੜ੍ਹਿਆ ਤੈਨੂੰ ਬੜਾ ਸਾਹ ਕਰਦਾ ਮੈਂ ਦੌੜ ਲਾ ਕਹਿੰਦਾ ਤੈਨੂੰ ਸਾਹ ਬੜਾ ਚੜ੍ਹ ਦੇਣਾ ਬੰਦਾ ਪੁੱਛੇ ਮੈਂ ਦੌੜ ਲਾ ਚੱਲਾਂ ਮੈਂ ਤੇਰੇ ਨਾਲ ਟੈਂਕੀ ਸਾਫ਼ ਕਰ ਤੇਰੀ ਮਦਦ ਕਰਵਾਉਣਾ ਹੈ ਵੇਖੋ ਡਾਕੂ ਬਣ ਗਿਆ ਮੰਨੀ ਸਾਰੀ ਚੋਰੀਆਂ ਚਕਾਰੀਆਂ ਇੱਕ ਬੰਦੇ ਚੱਲ ਹੁਣ ਦੱਸ ਕਿਸ ਤਰ੍ਹਾਂ ਕਰਨਾ ਨਾਲ ਦੱਸ ਨਾ ਕਿੰਨੇ ਚਮਚ ਵੀ ਪਾਉਣੇ ਨੇ ਇਹ ਸੋਡਾ ਵਿੱਚ ਸਾਲਣ ਪਿਆਜ਼ ਵਗੈਰਾ ਢੱਕਣ ਦਵਾਂ
ਲੋਹੀਆ ਭਾਈ ਨੂੰ ਢੱਕਣ ਦੇਣ ਲੱਗਾ ਲਾਵਾ ਢੱਕਣ ਦੇ ਸ਼ੁਰੂ ਕਰਨਾ ਮੱਥੇ ਢੱਕਣ ਕੀ ਕਰਨਾ ਉੱਤੇ ਖਲੋਣਾ ਮੈਂ ਲਾ ਬੰਦਿਆ ਖਲੋ ਕੀ ਕਰਨਾ ਅੰਦਰ ਮਾਰਨਾ ਤੇ ਜ਼ਾਲਾ ਲੋ ਕੇ ਹੂੰ ਯਾ ਮੈਂ ਮਾਰਾ ਢੱਕਣ ਹੀ ਵੱਜਣਾ ਲਾ ਬੰਦਿਆ ਢੱਕਣ ਕੋਦੋਂ ਰੱਖਣਾ ਉੱਤੇ ਆ ਪਾੜਾ ਰਾਜਸਥਾਨੇ ਨਹੀਂ ਰਹਿਣ ਦੇ ਰਾਜਸਥਾਨ ਲੋ ਕੋ ਚੀਲੇ ਆ ਨਾ ਕੀ ਮਤਲਬ ਖਲੋ ਕੇ ਮੰਜ ਮਾਰਨਾ ਨਾ ਵਿੱਚ ਘੁਮਾ ਕੇ ਝੱਟ ਮੈਂ ਸਹੀ ਪਹੁੰਚਣਾ ਨਹੀਂ ਆਇਆ ਮੈਂ ਸੋਟੀ ਲਿਆਵਾਂ ਹੁੰਦੇ ਅੱਗੇ ਕੱਪੜਾ ਲਾਵਾਂ ਭਾਈ ਕੋਈ ਚੌਂਕੀ ਚੌਂਕੀ ਪੀੜੀ ਕਹਿ ਰਿਹਾ ਅੱਛਾ ਇੰਝ ਕਹਿਣਾ ਚੌਂਕੀ ਕੋਈ ਪੀੜੀ ਮੰਗ ਮੂੰਹ ਮੰਗ ਪੀੜੀ ਵੱਡੀ ਇਹ ਵਾਲੀ ਫੱਟੀ ਦੇ ਦਿਆ ਫੱਟੀ ਇਹ ਛੋਟੀ ਹੈ ਵੱਡੀ ਪੀੜੀ ਨਹੀਂ ਹੈਗੀ ਮੈਂ ਇਹਨਾਂ ਨੂੰ ਹੁਣ ਪੀੜੀ ਲਿਆ ਕੇ ਥੱਲੋਂ ਦੇਣ ਲੱਗਾ ਕਿ ਕੁਰਸੀ ਲਿਆ ਦੇਵਾਂ ਇਹਨੂੰ ਕੁਰਸੀ ਲਿਆ ਕੇ ਦੇਣ ਲੱਗਾ ਟੈਂਕੀ ਸਾਡੀ ਸਾਫ਼ ਹੋ ਰਹੀ ਹੈ ਅਤੇ ਇਹ ਬਿੱਲਾ ਵੇਖ ਲਓ ਸਾਨੂੰ ਵੇਖ ਰਿਹਾ ਅਤੇ ਉਹ ਕਿ ਇਸ ਤੋਂ ਬਾਅਦ ਪਾਣੀ ਪਾਉਣਾ ਵਿੱਚ ਹੁਣੇ ਖੋਲ੍ਹਣਾ ਇਹਨੂੰ ਹਾਂ ਵੇਖੋ ਚੰਗੀ ਤਰ੍ਹਾਂ ਹੰਢਾ ਰਿਹਾ ਇਸ ਤੋਂ ਬਾਅਦ ਹੁਣ ਮੇਰੀ ਵਾਰੀ ਅਤੇ ਇਹਨੂੰ ਮੈਂ ਹੁਣ ਸਾਫ਼ ਕਰਾਂਗਾ ਅਤੇ ਖਸੂਸੀ ਇਸ ਤਰੀਕੇ ਨਾਲ ਹੀ ਤੁਸੀਂ ਟੈਂਕੀ ਸਾਫ਼ ਕਰਿਆ ਕਿ ਇੰਝ ਵੇਖ ਲਵੋ ਇਸ ਤਰ੍ਹਾਂ ਦਾ ਬੰਦਾ ਹੋਣਾ ਚਾਹੀਦਾ ਤੁਹਾਡੇ ਕੋਲ ਕੱਕਾ ਬੂਰਾ ਠੀਕ ਉਹ ਟੈਂਕੀ ਸਾਡੀ ਸਾਫ਼ ਕਰਨ ਆਏਗਾ ਲੋ ਇਹ ਟੈਂਕੀ ਖੋਲ੍ਹਣ ਲੱਗਾ ਜੇ ਟੈਂਕੀ ਨੂੰ ਧਿਆਨ ਵੇਖੋ ਤੇਜ਼ਾਬ ਉੱਡਣ ਲੱਗਾ ਹੱਥ ਪਿੱਛੇ ਕਰ ਹੱਥ ਨੂੰ ਨਹੀਂ ਪੈਂਦਾ ਆਂਡਾ ਹੋ ਗਿਆ ਆਂਡਾ ਹੋ ਗਿਆ ਆਂਡਾ ਤਾਂ ਨਹੀਂ ਮੈਨੂੰ ਕਿੰਨਾ ਨੱਕ ਨੂੰ ਚੜ੍ਹਦਾ ਪਿਆ ਕਿੱਡੀ ਬੋ ਆ ਰਹੀ ਹੈ ਵੇਖ ਲਓ ਜੇ ਤੁਹਾਨੂੰ ਨਜ਼ਰ ਆ ਰਿਹਾ ਤੇ ਕਿਉਂਕਿ ਜ਼ਿਆਦਾ ਦੂਰ ਨਹੀਂ ਮੈਂ ਜਾ ਸਕਦਾ ਕਿਉਂਕਿ ਸੁਪਰਵਾਈਜ਼ਰ ਹਾਂ ਮੈਂ ਮੇਰਾ ਕੰਮ ਹੈ ਦੂਰੋਂ ਹੀ ਬਸ ਆਰਡਰ ਦੇਣਾ ਲਓ ਦੋਸਤੋ ਇਹ ਵੇਖੋ ਤੇਜ਼ਾਬ ਵੱਜਾ ਕਿਸੇ ਪਲੰਬਰ ਨੂੰ ਬੁਲਾਉਂਦੇ ਹੁੰਦਾ ਕਿੰਨਾ ਖਰਚਾ ਹੋਣਾ ਸੀ 2000 ਅੱਛਾ ਠੀਕ ਹੈ 2000 ਰੁਪਏ ਖਰਚਾ ਹੋਣਾ ਸੀ ਅਤੇ ਇਹ ਸਹੂਲਤ ਹੈਗੀ ਹੈ ਤੇਜ਼ਾਬ ਲਿਆਵੋ ਆਪ ਘਰ ਕਰ ਲਿਆ ਕਰੋ ਅਤੇ ਇਹ ਵੇਖੋ ਟੈਂਕੀ ਸ਼ੀਸ਼ਾ ਨੀਟ ਹੋ ਗਈ ਹੈ ਧਿਆਨ ਲੱਗਣ ਲੱਗੀ ਹੈ ਉੱਤੇ ਲਓ ਜੀ ਇਹ ਟੈਂਕੀ ਉੱਤੇ ਚਲ ਗਈ ਹੈ ਫਿਟਿੰਗ ਹੋਣ ਵਾਸਤੇ ਅਤੇ
ਅੱਜ ਦਾ ਵਲੌਗ ਸਾਡਾ ਇੱਥੇ ਤੱਕ ਹੀ ਸੀ। ਉਮੀਦ ਹੋਏਗੀ ਕਿ ਤੁਹਾਨੂੰ ਟੈਂਕੀ ਸਾਫ਼ ਕਰਨੀ ਪਸੰਦ ਆਏਗੀ ਅਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਅਤੇ ਲਾਈਕ ਜ਼ਰੂਰ ਕਰਨਾ। ਓਕੇ, ਅੱਲਾ ਹਾਫਿਜ਼।